ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਦੇਖੋ ਅੱਜ ਬੱਦਲਵਾਈ ਹੋ ਚੁੱਕੀ ਆ, ਲੱਗਦਾ ਜਿਵੇਂ ਮੀਂਹ ਆਏਗਾ। ਇੱਧਰ ਮੰਮੀ ਜੀ ਸੰਨੀਆਂ ਕਰਨ ਲੱਗੇ ਹੋਏ ਨੇ, ਇੱਧਰ ਮੱਝਾਂ ਖੜੀਆਂ ਨੇ, ਇੱਧਰ ਮੰਮੀ ਜੀ ਮੱਝ ਨੂੰ ਸੰਨੀ ਕਰ ਰਹੇ ਨੇ, ਤੇ ਉੱਧਰ ਦੂਜੀਆਂ ਮੱਝਾਂ ਨੂੰ ਵੀ ਭੁੱਖ ਲੱਗੀ ਹੋਈ ਹੈ। ਅੱਜ ਸਾਰਾ ਦਿਨ ਦੀ ਬੜੀ ਗਰਮੀ ਸੀ, ਹੁਣ ਲੱਗਦਾ ਜਿਵੇਂ ਰਾਤ ਤੱਕ ਮੀਂਹ ਆ ਜਾਏਗਾ। ਇੱਧਰ ਮੰਮੀ ਨੇ ਸਬਜ਼ੀ ਧਰੀ ਹੋਈ ਹੈ ਆਲੂ ਪਕੌੜਿਆਂ ਦੀ। ਇਹ ਦੇਖੋ ਇਹ ਸਾਡੀ ਸਟ੍ਰਾਬੇਰੀ ਹੈ, ਸਟ੍ਰਾਬੇਰੀ ਉਰੇ ਆਓ ਸਟਪੂ। ਇਹ ਦੇਖੋ ਠੰਡੀ ਠੰਡੀ ਹਵਾ ਚੱਲ ਰਹੀ ਹੈ, ਵਿਊ ਬੜਾ ਸੋਹਣਾ ਆ ਰਿਹਾ। ਮੰਮੀ ਗੋਹਾ ਸਿੱਟਣ ਜਾ ਰਹੇ ਨੇ ਖੇਤਾਂ 'ਚ, ਚਲੋ ਖੇਤਾਂ ਵੱਲ ਚੱਲਦੇ ਹਾਂ। ਮੰਮੀ ਜੀ ਆ ਰਹੇ ਨੇ, ਇੱਥੇ ਡੈਡੀ ਜੀ ਕੱਖ ਬਣ। ਦੇਖੋ ਵਾਈਟ ਕਲਰ ਦੇ ਘਰ ਦੇ ਕੋਲ ਸਾਡਾ ਘਰ ਹੈ, ਅਤੇ ਸਾਹਮਣੇ ਮੱਝਾਂ ਵਾਲਾ ਘਰ ਹੈ। ਡੈਡੀ ਜੀ ਕੱਖ ਲੈ ਕੇ ਆ ਰਹੇ ਨੇ। ਇਹ ਦੇਖੋ ਮੰਮੀ ਜੀ ਡੈਡੀ ਜੀ ਦੀ ਹੈਲਪ ਕਰ ਰਹੇ ਨੇ। ਚਲੋ ਠੀਕ ਹੈ ਜੀ, ਸਾਡੀ ਅੱਜ ਦੀ ਵੀਡੀਓ ਇੱਥੇ ਤੱਕ। ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਚਲੋ ਠੀਕ ਹੈ, ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।